ਸਮਝਿਆ ਕਰੋ। ਲੋ ਜੀ ਦੋਸਤੋ ਪੂਰੇ ਨਜ਼ਾਰੇ ਕਰੋ ਜੀ, 5 ਲੱਖ ਰੁਪਇਆ ਸਾਰੇ ਹੀ ਮੰਗ ਛੱਡ ਦੇਣ, ਕੋਈ 5 ਲੱਖ ਵਾਲਾ ਮਾਲ ਵੀ ਤਾਂ ਪਾਇਆ ਕਰਨ ਨਾ। ਕਿੰਨਾ ਰਿਕਾਰਡ ਇਹਦਾ ਪਹਿਲੇ ਸੂਏ ਦਾ? ਪਿਛਲੇ ਸੂਏ ਦਾ 25-26 ਲੀਟਰ ਦਾ ਵੈੜੀ ਦਾ ਰਿਕਾਰਡ ਹੈ। ਠੀਕ ਹੈ, ਹੁਣ ਕਿੰਨਾ ਦੇ ਰਹੀ ਹੈ ਦੁੱਧ ਭਾਈ ਫਰਾਜ਼? ਹੁਣ ਇਹਦੇ ਥੱਲੇ 18 ਲੀਟਰ 16-18 ਲੀਟਰ ਬੋਲਾ ਜਿਹੜਾ ਨਾ ਇਸ ਟਾਈਮ ਪੱਕਾ ਹੈ ਗਰੰਟੀ ਨਾਲ। 2 ਕਿਲੋ ਦਾ ਫਰਕ ਮੈਂ ਤਾਂ ਦੱਸਣ ਦਿਆ ਵਾ ਕਿ ਕਿਸੇ ਦੇ ਘਰ ਜਾ ਕੇ ਕੋਈ 200 ਮੇਰੇ ਦੱਸੇ ਤੋਂ ਵਧੇ ਘਟੇ ਨਾ, ਜੇ ਵਧੇ ਤੇ ਫੇਰ ਮਜ਼ਾ ਹੈ। ਠੀਕ ਹੈ ਭਾਈ, ਲੈ ਕੇ ਆਓ ਜੀ। ਨਾ ਨਾ ਕਹਿੰਦੇ ਰਹਿਣਗੇ ਬਜ਼ੁਰਗ ਮੇਰੇ, ਆਸਮ ਗੱਲਾਂ ਹੀ ਕਰਦਾ ਨਹੀਂ ਰਹੀਆਂ ਜੀ ਜੀ। ਤੇ ਇਹਦੀ ਨਸਲ ਕਿਹੜੀ ਜੇ? ਇਹ ਫਰੀਜ਼ੀਅਨ ਤੇ ਆਸਟ੍ਰੇਲੀਅਨ ਮੱਛੀ ਹੈ। ਠੀਕ ਹੈ, ਪਿੱਛੇ ਜਿਹੜੀ ਮੱਛੀ ਹੈ ਪਿਓਰ ਬ੍ਰਹਮਨ ਤੇ ਆਸਟ੍ਰੇਲੀਅਨ ਦਾ ਕ੍ਰਾਸ ਹੈ। ਰੈੱਡ ਫਰੀਜ਼ੀਅਨ ਹੈ ਮੱਛੀ। ਰੈੱਡ ਫਰੀਜ਼ੀਅਨ? ਠੀਕ ਹੈ, ਰੈੱਡ ਫਰੀਜ਼ੀਅਨ। ਰੈੱਡ ਫਰੀਜ਼ੀਅਨ ਅਮਰੀਕਨ? ਠੀਕ ਹੈ, ਕਿੰਨਵਾਂ ਸੂਆ ਸੂਈ ਜੇ? ਰੈੱਡ ਫਰੀਜ਼ੀਅਨ ਅਮਰੀਕਨ। ਹੋਰ ਜਿਹੜੀ ਮੈਂ ਨਸਲ ਦੱਸਾਂਗਾ ਨਾ, ਜਿਹੜੀ ਨਸਲ ਜਿਹੜੇ ਜਾਨਵਰ ਦੀ ਦੱਸਾਂਗਾ ਜੀ, ਔਰ ਗੂਗਲ ਦੇ ਉੱਤੇ ਸਰਚ ਮਾਰ ਕੇ ਵੀ ਬੰਦਾ ਚੈੱਕ ਕਰ ਸਕਦਾ ਮੇਰੀ ਦਸੀ ਨਸਲ 'ਚ ਫਰਕ ਹੈ ਜੀ ਜੀ, ਉਹਦਾ ਮੈਂ ਦੇਣਦਾਰ ਹੋਵਾਂਗਾ। ਜ਼ਿੰਦਾਬਾਦ ਜੀ, ਜ਼ਿੰਦਾਬਾਦ। ਰੈੱਡ ਫਰੀਜ਼ੀਅਨ ਅਮਰੀਕਨ ਕਿੰਨਵਾਂ ਸੂਆ ਸੂਈ ਜੇ? ਖੁਸ਼ਾਮਦੀਦ ਅੱਜ ਦਿਨ ਹੈ ਜੀ ਸੋਮਵਾਰ ਦਾ, ਤੇ ਮਾਸ਼ਾਅੱਲਾ ਸਾਰੇ ਦੋਸਤ ਜਾਣਦੇ ਨੇ ਕਿ ਸੋਮਵਾਰ ਵਾਲੇ ਦਿਨ ਆਸਮ ਡੋਗਰ ਸਾਹਿਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ। ਮਾਸ਼ਾਅੱਲਾ ਡੋਗਰ ਸਾਹਿਬ ਦੋਸਤਾਂ ਵਾਸਤੇ ਬੜੇ ਅਨਮੋਲ ਤੇ ਕੀਮਤੀ ਹੀਰੇ ਤਲਾਸ਼ ਕਰਕੇ ਲਿਆਉਂਦੇ ਨੇ, ਤੇ ਮਾਸ਼ਾਅੱਲਾ ਅੱਜ ਇੱਕ ਦਫਾ ਫੇਰ ਬੜੇ ਖੂਬਸੂਰਤ ਜਾਨਵਰ ਆਏ ਨੇ, ਤੇ ਇਨਸ਼ਾਅੱਲਾ ਸਾਰੇ ਜਾਨਵਰਾਂ ਦੀ ਇੱਕ ਇੱਕ ਕਰਕੇ ਇਹਨਾਂ ਦੀ ਤਫਸੀਲ ਤੇ ਇਹਨਾਂ ਦੀ ਕੀਮਤ ਮਾਲੂਮ ਕਰ ਲੈਨੇ ਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਜ਼, ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ ਡੋਗਰ ਸਾਹਿਬ, ਤੁਸੀਂ ਸੁਣਾਓ ਠੀਕ ਹੋ? ਅੱਲਾ ਦਾ ਕਰਮ ਬੜਾ ਆਸਾਨ ਹੈ, ਅੱਲਾ ਪਾਕ ਦੀ ਜ਼ਾਤ ਦਾ, ਤੁਸੀਂ ਸੁਣਾਓ ਜੀ। ਅੱਲਾ ਪਾਕ ਦਾ ਬਹੁਤ ਸ਼ੁਕਰ ਹੈ ਡੋਗਰ ਸਾਹਿਬ, ਇੱਕ ਦਫਾ ਦੋਸਤਾਂ ਨੂੰ ਆਪਣਾ ਤੇ ਆਪਣੇ ਇਲਾਕੇ ਦਾ ਤਾਰਫ ਫੇਰ ਕਰਵਾ ਦਿਓ ਭਾਈ ਫਰਾਜ਼। ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਗਾਓ ਆਪਣਾ ਪੀਰੋ ਚੱਕ ਹੈ। ਠੀਕ ਹੈ, ਤੇ ਦੂਸਰੇ ਨੰਬਰ ਤੇ ਦੋਸਤ ਨਵੇਂ ਜਾਨਵਰਾਂ ਦੀ ਡਿਮਾਂਡ ਕਰਦੇ ਰਹਿੰਦੇ ਨੇ ਜੀ। ਨਵੇਂ ਜਾਨਵਰ ਕੀ ਨਾਲ ਤੇ ਜਦੋਂ ਵੀ ਜਿਹੜਾ ਜਾਨਵਰ ਆਉਂਦਾ ਹੈ ਜਿਹਨੂੰ ਵੀਡੀਓ ਨਹੀਂ ਸਾਡੀ ਮਿਲਦੀ, ਕਹਿ ਰਹੇ ਹਨ ਕਿ ਤੁਹਾਡੀ ਵੀਡੀਓ ਅਪਲੋਡ ਹੋਈ ਹੈ, ਸਾਨੂੰ ਲਿੰਕ ਹੀ ਨਹੀਂ ਮਿਲ ਰਿਹਾ, ਵੀਡੀਓ ਤੁਹਾਡੇ ਚੈਨਲ ਦੇ ਉੱਤੇ ਵੀ ਨਹੀਂ ਮਿਲ ਰਹੀ। ਕੁਝ ਦੋਸਤਾਂ ਦੀ ਇਹ ਵੀ ਆਈ ਹੈ ਕੰਪਲੇਂਟ। ਅੱਛਾ, ਵੀ ਸ਼ਿਕਾਇਤ? ਇਹ ਸ਼ਿਕਾਇਤ ਆਈ ਹੈ ਕਿ ਸਾਨੂੰ ਗਰੁੱਪ ਦੇ ਉੱਤੇ ਪੇਜ ਦੇ ਉੱਤੇ ਵੀਡੀਓ ਨਹੀਂ ਮਿਲ ਰਹੀ ਹੈ, ਜਿਨ੍ਹਾਂ ਨੇ ਪਹਿਲਾਂ ਵੀਡੀਓ ਜਿਹੜੇ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਲੇਕਿਨ ਬੈਲ ਆਈਕਨ ਨਹੀਂ ਪ੍ਰੈਸ ਕੀਤਾ, ਉਹਨਾਂ ਅੱਗੇ ਰਿਕੁਐਸਟ ਹੈ ਕਿ ਬੈਲ ਆਈਕਨ ਪ੍ਰੈਸ ਕਰ ਲੈਣ। ਕਹਿ ਰਹੇ ਹਨ ਕੰਪਲੇਨ ਕਰਦੇ ਨੇ ਸਾਨੂੰ ਵੀਡੀਓ ਨਹੀਂ ਮਿਲ ਰਹੀ, ਤੇ ਦੂਸਰੇ ਨੰਬਰ ਤੇ ਜਿਹੜਿਆਂ ਦੋਸਤਾਂ ਨੂੰ ਵੀਡੀਓ ਨਹੀਂ ਨਾ ਮਿਲਦੀ, ਮੇਰਾ ਫੇਸਬੁੱਕ ਦੇ ਉੱਤੇ ਗਰੁੱਪ ਬਣਿਆ ਸਰਦਾਰ ਆਸਮ ਡੋਗਰ ਡੇਅਰੀ ਫਾਰਮ ਸਿਆਲਕੋਟ, ਉੱਥੇ ਜਾਨਵਰ ਵੇਖ ਸਕਦੇ ਨੇ, ਉੱਥੇ ਸਾਰਿਆਂ ਜਾਨਵਰਾਂ ਦੀ ਵੀਡੀਓ ਮੈਂ ਅਪਲੋਡ ਕਰਦਾ, ਨਵੇਂ ਵੀਡੀਓ ਦੀ ਵੀ ਮਾਲ ਦੀ ਵੀਡੀਓ ਅਪਲੋਡ ਕਰਦਾ ਵਾਂ। ਠੀਕ ਹੈ ਸਰ, ਮੈਂ ਲਿੰਕ ਦੇ ਦਾਂਗਾ ਭਰਾਵਾਂ ਲਈ ਮਾਲ ਆਉਂਦਾ। ਓ ਬਿਸਮਿਲਲਾ ਕਰੋ ਜੀ ਭਾਈ, ਲੈ ਕੇ ਆਓ ਜੀ ਗਾਂ ਨੰਬਰ 1 ਲੈ ਕੇ ਆਓ ਜੀ। ਪਹਿਲੀਆਂ ਵੱਛੀਆਂ ਆਉਂਦੀਆਂ ਨੇ, ਪਹਿਲੀਆਂ ਦੋਸਤ ਪਹਿਲਾਂ ਵੱਛੀਆਂ ਦੀ ਡਿਮਾਂਡ ਕਰਦੇ ਹਨ, ਪਹਿਲਾਂ ਵੱਛੀਆਂ ਲੈ ਕੇ ਆਏ ਆ। ਦੂਸਰੇ ਨੰਬਰ ਤੇ ਸੂਏ ਮਾਲ ਦੀ ਬੜੀ ਡਿਮਾਂਡ ਸੀ, ਐਤਕੀ ਸੂਈਆਂ ਵੈੜੀਆਂ ਲਿਆਂਦੀਆਂ ਜੇ ਜੀ। ਪਿੱਛੋਂ ਵੈੜੀ ਵਿਖਾਓ, ਵੈੜੀ ਦੀ ਨਸਲ ਚੈੱਕ ਕਰਾਓ। ਲਓ ਜੀ ਦੋਸਤੋ ਚੈੱਕ ਕਰੋ ਜੀ, ਵੈੜੀ ਦਾ ਸ਼ੌਕ ਤਾਂ ਕਰਵਾਓ ਨੇ। ਲਓ ਜੀ ਦੋਸਤੋ ਚੈੱਕ ਕਰੋ ਜੀ, ਨਸਲ ਹੁੰਦੀ ਹੈ ਮਾਸ਼ਾਅੱਲਾ। ਲੋ ਯਾਰ ਸਾਰੇ ਹੀ ਹੈ ਨੇ, ਸਾਰਾ ਮਾਲ ਇੱਕੋ ਮੱਟੀ ਦਾ ਯਾਰ, ਕੋਈ ਲਿਆ ਕੇ ਬੰਨੇ ਤੇ ਸਹੀ ਲਿਆਉਂਦੇ ਨੇ ਸਾਰੇ ਭਰਾ ਜੀ ਜੀ। ਟਕੀਆਂ ਹੁੰਦੀਆਂ ਨੇ, ਹਰ ਕਿਸਮ ਦਾ ਮਾਲ ਇਕੱਠਾ ਹੋਇਆ ਹੁੰਦਾ ਮੇਰੇ ਮਾਲ ਚ। ਹਜੇ ਤੱਕ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਨਸਲ ਚ ਫਰਕ ਆਇਆ, ਵੇਖੋ ਮੱਛੀ ਕਿੰਨੀ ਭੋਲੀ ਹੈ। ਲੋ ਜੀ ਸੋਹਣਾ ਨੇ ਲਿਬਾਸ ਕੀਤਾ ਮਾਸ਼ਾਅੱਲਾ, ਚੈੱਕ ਕਰੋ ਜੀ ਦੋਸਤ। ਵੇਖੋ ਜਿੰਨੀ ਕਾਪ ਹੈ ਉਹਨਾਂ ਕੁ ਥੱਲੇ ਵੈੜੀ ਨੇ ਲਿਬਾਸ ਕੀਤਾ ਜੀ, ਸੋਹਣਾ ਲਿਬਾਸ ਕੀਤਾ ਵਜੂਦ ਦੀ ਵੈੜੀ ਹੈ, ਤੇ ਥੱਲੋਂ ਵੇਖੋ ਕਿੰਨੀ ਕੁ ਬਣ ਗਈ ਹੈ। ਸੋਹਣੇ ਥਾਨੇ ਮਾਸ਼ਾਅੱਲਾ ਡੋਗ, ਚੈੱਕ ਕਰੋ ਵੈੜੀ, ਕੁਝ ਸ਼ੋਅ ਤਾਂ ਪੂਰਾ ਕਰਵਾ ਯਾਰ ਦੋਸਤ। ਲੋ ਜੀ ਭਾਈ ਕਰਾਓ ਜੀ, ਪੂਰਾ ਸ਼ੋਅ ਕਰਾਓ ਜੀ, ਡੋਗਰ ਸਾਹਿਬ ਦਾ ਗਿਲਾ ਦੂਰ ਕਰੋ।
ਪੂਰਾ ਸ਼ੁਕਰਾ ਜੀ। ਤੇ ਮੇਰੀ ਨਿੱਕੀ ਜਾਈ ਹੈ ਪਰ ਵਾਚੀ ਵੱਡੀਆਂ ਵੱਡੀਆਂ ਨੂੰ ਛਿੱਤਰ ਮਾਰਨ ਦੇ ਇਹ ਵੱਡੀਆਂ ਵੱਡੀਆਂ ਨਾਲ ਵੱਧ ਬਣ ਗਈ ਹੈ। ਤੇ ਡੋਗਰ ਸਾਹਿਬ ਕਿੰਨੇ ਦਿਨ ਲੈ ਰਹੀ ਹੈ? 10 ਦਿਨ ਭਾਈ ਵਰਾ ਸਹੀ ਆ, 8-10 ਦਿਨ ਪਿਛਲਿਆਂ ਮਾਲਕਾਂ ਦੱਸੇ ਨੇ ਕਿ ਵੱਛੀ ਲੈਣੇ ਨੇ। ਅੱਛਾ ਵੱਛੀ ਹੁਣ ਵੀ ਸੂਬੇ, ਵੱਛੀ ਤੇ ਗਿਲਾ ਕੋਈ ਨੀ, ਵੱਛੀ ਨੇ ਕੱਥਣਾ ਕੱਢਤੀਆਂ ਨੇ ਥੱਲੋਂ। ਠੀਕ ਹੈ, ਤੇ ਕਿਨਵਾਂ ਸੂਆ ਨੇ ਸੁਣਾ ਜੇ? ਪਹਿਲਾ ਸੂਆ ਸੁਣਾ, ਪਹਿਲਾ ਸੂਆ ਝੋਗੀ ਛਿੱਗੀ ਹੋਈ ਜੇ। ਠੀਕ ਹੈ, ਮਾਸ਼ਾਅੱਲਾ। ਕੀ ਹੈ ਗੱਲ, ਗਿਲੇ ਚ ਰੌਲੇ ਚ ਰੱਖਣੀ ਹੋਈ ਨਹੀਂ ਸਾਹਮਣੇ ਆ ਕੇ ਦਾ ਰੇਟ ਪਿਆਰ ਮੁਹੱਬਤ ਵਾਲਾ ਭਾਈ ਫਰਾਜ, ਕਿਤੇ ਵੀ ਵੱਛੀ ਹੁੰਦੀ ਮੋਲੇ ਦਾ ਹੋਣਾ ਸੀ 260-270 ਜੀ। ਮੇਰੇ ਕਿਸੇ ਭਰਾ ਨੂੰ ਇਹ ਵੱਛੀ ਪਸੰਦ ਹੈ, 2,10,000 ਰੁਪਏ ਦੀ ਦਿਆਂ। 2,10,000 ਜੀ ਭਾਈ, ਲੈ ਕੇ ਆਓ ਜੀ, ਕੀਮਤੀ ਤੇ ਅਨਮੋਲ ਹੀਰਾ ਲੈ ਕੇ ਆਓ ਜੀ, ਗਾਂ ਨੰਬਰ 2 ਮਾਸ਼ਾਅੱਲਾ। ਲੋ ਜੀ ਦੋਸਤੋ, ਵੱਛੀ ਦੀ ਪੂਠੀ ਚੈੱਕ ਕਰਾਓ, ਵੱਛੀ ਦਾ ਕੱਦ ਚੈੱਕ ਕਰਾਓ, ਵੱਛੀ ਦਾ ਕੱਦ ਚੈੱਕ ਕਰਾਓ। ਲੋ ਜੀ ਦੋਸਤੋ, ਚੈੱਕ ਕਰੋ ਜੀ, ਪੂਰੇ ਨਜ਼ਾਰੇ ਕਰੋ, ਮਾਸ਼ਾਅੱਲਾ। ਵੱਛੀ ਨੰਬਰ 2 ਇਹ ਵੇਖਿਓ ਜੀ, ਇਹ ਵੇਖੋ, ਇਹ ਚੀਜ਼ ਹਲੇ ਮਜ਼ੀਦ ਲਿਬਾਸ ਕਰੇ ਜੀ। ਇਹਦੇ ਵੱਛੀ ਹੈ 15 ਦਿਨ ਲੈਂਦੀ ਹੈ, ਇਹ ਵੱਛੀ ਨੇ ਲਿਬਾਸ ਕਰਨਾ ਬਣ ਬਣ ਕੇ ਆਏ ਦੀ ਬਣ ਬਣ ਕੇ। ਜਦੋਂ ਕਿਸੇ ਦੋਸਤ ਲੀਲਾ ਹੀ ਨਾ, ਫਿਰ ਮੈਨੂੰ ਫੋਨ ਕਰਕੇ ਕਹੇਗਾ, ਆਸਾਂ ਵੱਛੀ ਕੋ ਬੈਠਾ ਖਲੋਤਾ ਨਹੀਂ ਜਾਂਦਾ, ਫੇਰ ਉਹਨਾਂ ਨੂੰ ਮਸ਼ਵਰਾ ਦੇਵਾਂਗੇ, ਥੱਲੇ ਵੇਚ ਦੀ ਟਰਾਲੀ ਪਵਾ। ਤੇ ਕਿੰਨੇ ਕੁ ਦਿਨ ਲੈ ਰਹੀ ਡੋਗਰ ਸਾਹਿਬ? ਹੈ ਭਾਈ ਫਰਾਜ ਵੀ ਹੈ 10-12 ਦਿਨ ਲੈ ਰਹੀ ਹੈ, ਅੱਗੋਂ ਸੁਣਦੀਆਂ ਦਾ ਕਿਤੇ ਜਾਂਦਿਆਂ ਵੀ ਡੰਗਰ ਗੱਡੀਆਂ ਦੇ ਵਿੱਚ ਵੀ ਸੂਸਾ ਪੈਂਦੇ ਨੇ, ਪਰ ਅੱਲਾ ਦਾ ਫਜ਼ਲ ਲਈ ਵੱਛੀ 10 ਦਿਨ ਲਏਗੀ। ਠੀਕ ਹੈ, ਕਿਨਵਾ ਸੂਆ ਦਾ? ਵੱਛੀ ਦੀ ਨਸਲ ਚੈੱਕ ਕਰਾਓ, ਇਹ ਦਾ ਦੂਸਰਾ ਸੂਆ, ਦੂਸਰਾ ਸੂਆ ਦਾ। ਇਹ ਵੀ ਸਿੱਕੀ ਜਿਹੜੀਆਂ ਵੀ ਕੰਨੀਆਂ ਦੀਆਂ ਬੱਚੀਆਂ ਨਾਲ ਖਲੋਤੀਆਂ ਨੇ, ਕਿਸੇ ਭਰਾ ਕੋ ਵੀ ਹੁੰਦੀ ਤਾਂ ਉਹਨੇ ਦੇਣੀ ਪਹਿਲਾਂ ਕਰ ਗਈ ਸੀ ਜੇ। ਵੱਛੀ ਚੈੱਕ ਕਰਾਓ, ਵੱਛੀ ਦਾ ਸ਼ੌਕ ਚੈੱਕ ਕਰਾਓ, ਨਸਲ ਚੈੱਕ ਕਰਾਓ। ਲੋ ਜੀ ਦੋਸਤੋ, ਪੂਰੀ ਤਸੱਲੀ ਕਰੋ, ਤੇ ਨਸਲ ਦੀ ਕਿਹੜੀ ਹੈ ਡੋਗਰ ਸਾਹਿਬ? ਭਾਈ ਫਰਾਜ਼, ਇਹ ਫਰੀਜ਼ੀਅਨ ਦਾ ਤੇ ਡੱਚ ਦਾ ਕ੍ਰਾਸ ਹੈ। ਫਰੀਜ਼ੀਅਨ ਤੇ ਡੱਚ ਦਾ ਕ੍ਰਾਸ? ਹਾਂਜੀ ਡੱਚ। ਮਾਸ਼ਾਅੱਲਾ, ਆਹ ਹਾਂ, ਸਾਹਮਣੇ ਦਾ ਰੇਟ ਦੱਸੋ। ਹਾਂ ਪਿਆਰ ਮੁਹੱਬਤ ਵਾਲੇ, ਇਹ ਕਿਸੇ ਦੋਸਤ ਨੂੰ ਪਸੰਦ ਹੋਏ ਮੋਲੇ ਦਾ, ਹੋਰ ਕਿਤੇ ਵੀ ਹੁੰਦਾ 3,00,000 ਰੁਪਈਆ ਇਸ ਵੈੜੀ ਦਾ ਮੁੱਲ ਲੱਗਣਾ ਸੀ। ਕਿਸੇ ਦੋਸਤ ਨੂੰ ਵੀ ਪਸੰਦ ਹੋਏ, 2,35,000 ਰੁਪਏ ਦੀ ਵੱਛੀ ਦਿਆਂ। 2,35,000 ਵੱਛੀ ਨੰਬਰ 2 ਮਾਸ਼ਾਅੱਲਾ ਜੀ, ਸੋਹਣੀ ਚੀਜ਼। ਇੱਕ ਦੋਸਤ ਨੇ ਪਿਛਲੀ ਵੀਡੀਓ 'ਚ ਕੰਪਲੇਨ ਕੀਤੀ ਸੀ, ਇੱਕੋ ਹੀ ਦੋਸਤ ਦੀ ਕੰਪਲੇਨ ਵੀ ਕਰੀ ਹੈ, ਆਸਮ ਯਾਰ ਰੇਟ ਥੋੜੇ ਜਿਹਾ ਜ਼ਿਆਦਾ ਨਹੀਂ? ਅੱਛਾ, ਮੈਂ ਕਿਹਾ ਯਾਰ ਲੈ ਅਗਲੀ ਵਾਰੀ ਤੇਰਾ ਗਿਲਾ ਲਾ ਦਿਆਂ। ਹਲੋ ਜੀ, ਗਿਲਾ ਸ਼ਿਕਵਾ ਦੂਰ ਕਰਨ ਦੇ ਜੀ। ਲਓ ਜੀ ਦੋਸਤੋ, ਚੈੱਕ ਕਰੋ ਜੀ, ਮਾਸ਼ਾਅੱਲਾ, ਕੋਈ ਯਾਰਾ ਬਾਜ਼ਾਰ ਨਹੀਂ ਜੇ, ਰਾਤੀ ਵੱਛੀ ਸੂਈ ਜੇ, ਵੇਖੋ ਵੱਛੀ ਆਈ ਇੱਕ ਵਜੇ ਕਿੰਜ ਭੋਲੀ ਹੈ ਤੁਹਾਨੂੰ। ਮਾਸ਼ਾਅੱਲਾ ਜੀ, ਲਓ ਜੀ ਚੈੱਕ ਕਰੋ ਜੀ, ਨਸਲਾਂ ਚੈੱਕ ਕਰੋ, ਥਣ ਚੈੱਕ ਕਰੋ ਵੱਛੀ ਦਾ। ਲਓ ਜੀ ਦੋਸਤੋ, ਚੈੱਕ ਕਰੋ, ਥੱਲੇ ਪਵੋਗੇ ਲਾਹੂ ਦੀ ਆਵਾਜ਼ ਆਏਗੀ ਵੱਛੀ ਦੇ ਥੱਲੇ। ਲਓ ਜੀ ਦੋਸਤੋ, ਪੂਰੀ ਤਸੱਲੀ ਕਰੋ ਜੀ, ਮਾਸ਼ਾਅੱਲਾ, ਵੱਛੀ ਨੰਬਰ 3 ਕਿਨਵਾ ਸੂਆ ਸੂਈ ਜੇ? ਕਿਨਵਾ ਸੂਆ ਸੂਈ ਜੇ? ਸੂਆ ਸੂਈ ਜੇ ਵੱਛੀ ਨੇ, ਵੇਖੋ ਥੱਲੇ ਪੰਡਾਂ ਪਾਈਆਂ। ਮਾਸ਼ਾਅੱਲਾ ਜੀ, ਸੋਹਣਾ ਨੇ ਲਿਬਾਸ ਕੀਤਾ। ਲਓ ਜੀ ਦੋਸਤੋ, ਪੂਰੀ ਬਾਈ ਫਿਰ ਲੈ ਕੇ ਆਓ, ਕਦੀ ਪੂਰੀ ਤਸੱਲੀ ਕਰਾਓ ਜੀ, ਅਦਰ ਲੈ ਕੇ ਆਓ ਨਾਲ ਵਾਹ ਯਾਰ। ਵੱਛੀ ਨੰਬਰ 3 ਕਿਨਵਾ ਸੂਆ ਸੂਈ ਜੇ ਡਾਕਟਰ ਸਾਹਿਬ? ਦੂਸਰਾ ਸੂਆ ਸੂਈ ਹੈ ਤੇ ਵੱਛੀ ਦਾ ਪਹਿਲਾਂ ਦਾ 20 ਲੀਟਰ ਦਾ ਰਿਕਾਰਡ ਹੈ। ਠੀਕ ਹੈ ਜੀ, ਕਹਿੰਦੇ ਤੇ ਸਾਰੇ ਨੇ ਯਾਰ ਕੋਈ ਡੱਬਾ ਵੀ ਨਾ ਮਰਵਾਏ ਘਰੇ। ਜੀ ਜੀ, ਮੈਂ ਜਿਹੜਾ ਡੰਗਰ ਦਾਂਗਾ, ਜਿਹੜੇ ਭਰਾ ਨੂੰ ਜਿਹੜਾ ਦੁੱਧ ਦੱਸਾਂਗਾ, ਉਹ ਆ ਕੇ 3 ਦਿਨ ਵੀ ਡੱਬਾ ਮਾਰ ਕੇ ਚੋ ਸਕਦਾ ਹੈ ਗਰੰਟੀ ਨਾਲ ਜੀ। ਗਰੰਟੀ ਨਾਲ ਬਾਈ, ਟੋਰੋ ਜੀ ਟੋਰੋ, ਪੂਰੀ ਤਸੱਲੀ ਕਰਾਈਏ ਦੋਸਤਾਂ ਨੂੰ। ਮਾਸ਼ਾਅੱਲਾ ਜੀ, ਸੋਹਣਾ ਦਾ ਲਿਬਾਸ ਹੈ, ਸੋਹਣੀ ਚੀਜ਼ ਹੈ ਜੀ ਭਾਈ ਟੋਰੋ। ਕਹਿੰਦੇ ਨੇ ਆਸਮ ਰੌਲਾ ਬੜਾ ਪਾਉਂਦਾ, ਗੱਲਾਂ ਕਰਦੇ ਜੀ ਆਸਮ ਦੀ ਗੱਲ ਚ, ਕਿਸੇ ਨੂੰ ਕੋਈ ਫਰਕ ਦੱਸਦਾ ਤਾਂ ਦੱਸਿਆ ਤਾਂ ਕਰੇ ਨਾ। ਜੀ 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 ਭਾਈ, ਲੈ ਕੇ ਚੱਲੋ ਜੀ। ਡੋਗਰ ਸਾਹਿਬ ਕਿੰਨੇ ਦਿਨ ਹੋਏ? ਮੈਂ 5,00,000 ਰੁਪਈਏ ਦੀ, 100 ਰੁਪਈਆ ਵੀ ਨੀ ਘੱਟ। ਅੱਛਾ ਡੋਗਰ ਸਾਹਿਬ, 5 ਵਾਲੀ ਬਣੀ ਹੈ, ਤੁਸੀਂ ਆਪਣੇ ਇਨਸਾਫ ਨਾਲ ਦੱਸੋ। ਚਾਚੇ ਬਾਬੇ ਇਨਸਾਫ ਕਰਨ ਦੇ, ਚਾਚੇ ਬਾਬੇ ਦਾ ਇਨਸਾਫ ਕਰਵਾ। ਕਿੰਨੇ ਦਿਨ ਹੋਏ ਨੇ ਸੂਇਆਂ ਨੂੰ? ਇਹ ਕੱਲ ਦੀ ਸੂਈ ਜੇ ਵੈੜੀ, ਵੇਖੋ ਬੱਚਾ ਨਾਲ ਜੇ, ਬੱਚੇ ਦਾ ਨਾੜੂ ਵੀ ਨਾਲ ਜੇ। ਠੀਕ ਹੈ, ਤੇ ਬੋਲਾ ਕਿੰਨਾ ਕੱਢਿਆ ਜੀ ਡੋਗਰ ਸਾਹਿਬ ਦਾ? ਪਹਿਲਾਂ
ਪਿੱਛੇ ਦੀ ਨਸਲ ਚੈੱਕ ਕਰਾ, ਹੋਰ ਗੱਲਾਂ ਛੱਡੋ, ਵੇਖੋ ਵੱਛੇ ਦੀ ਬੂਥੀ ਕੈਸੀ ਹੈ। ਵੱਛੀ ਹੁੰਦੀ ਮੈਂ ਆਪ ਹੀ 60,000 ਰੁਪਏ ਦਾ ਵੱਛੀ ਦਾ ਗਾਹਕ ਹੋਣਾ ਸੀ। ਠੀਕ ਹੈ, ਲੋ ਜੀ ਦੋਸਤੋ ਚੈੱਕ ਕਰ ਲੋ ਜੀ, ਵੱਛੇ ਦੀ ਨਸਲ ਕਿਹੜੀ ਡੋਗਰ ਸਾਹਿਬ ਪਿੱਛੇ ਜਿਹੜਾ ਵੱਛਾ ਫ੍ਰੀਜ਼ੀਅਨ ਆਸਟ੍ਰੇਲੀਅਨ ਜੀ, ਫ੍ਰੀਜ਼ੀਅਨ ਤੇ ਆਸਟ੍ਰੇਲੀਅਨ ਮਾਸ਼ਾ ਅੱਲਾਹ ਆਪੀ ਚ ਫ੍ਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ, ਫ੍ਰੀਜ਼ੀਅਨ ਤੇ ਚੋਲਸਤਾਨੀ। ਹਾਂਜੀ, ਵੱਛੀ ਨੰਬਰ 3 ਦਾ ਸਾਹਮਣੇ ਆ ਕੇ ਡੋਗਰ ਸਾਹਿਬ ਭਾਈ ਬਰਾਦ, ਵੱਛੀ ਨੇ ਕਹਿੰਦੇ ਆ ਮੈਂ 4 ਲੱਖ ਰੁਪਏ ਦੀ, 5 ਲੱਖ ਰੁਪਏ ਦੀ ਆ, ਇਨਸਾਫ ਭਰਾਵਾਂਗੇ ਕਰਵਾਣਾ। ਜੇ ਕਹਿਣ ਆਸਮ ਨੇ ਮੁੱਲ ਬਹੁਤਾ ਵੈੜੀ ਦਾ ਲਾਇਆ, ਮੈਂ ਵੈੜੀ ਫ੍ਰੀ ਦੇ ਦਿਆਂਗਾ। ਜੇ ਕਿਸੇ ਦੋਸਤ ਭਰਾ ਨੂੰ ਵੈੜੀ ਪਸੰਦ ਹੋਏ, 2,35,000 ਰੁਪਏ ਦੀ ਵੈੜੀ ਦਿਆਂਗਾ। 2,35,000 ਅੱਜ ਵੀ ਮੇਰੀ ਕਿਸੇ ਬਾਜ਼ਾਰ ਦੇ ਵਿੱਚ ਵੀ ਛੱਡ ਲਓ, ਵੈੜੀ ਦਾ ਬੰਦਾ 2,70,000, 75,000, 80,000 ਮੁੱਲ ਪਾਏਗਾ। ਜੀ ਜੀ, ਸੋਹਣੀ ਚੀਜ਼ ਹੈ ਮਾਸ਼ਾਅੱਲਾ। ਲੋ ਜੀ ਦੋਸਤ, ਇੱਕ ਵਾਰੀ ਫਿਰ ਨਜ਼ਾਰਾ ਕਰੋ ਤੇ ਇਨਸਾਫ ਤੁਸੀਂ ਕਰਨਾ। ਸੋਹਣੀ ਚੀਜ਼ ਹੈ, ਡੋਗਰ ਸਾਹਿਬ ਨੇ ਬੜਾ ਮੁਨਾਸਬ ਤੇ ਪਿਆਰ ਮੁਹੱਬਤ ਵਾਲਾ ਰੇਟ ਲਾਇਆ ਜੀ। ਵੱਛੀ ਨੰਬਰ 3 ਸੀ। ਲੋ ਜੀ ਦੋਸਤੋ ਚੈੱਕ ਕਰੋ ਜੀ, ਮਾਸ਼ਾਅੱਲਾ ਜੀ, ਵੱਛੀ ਨੰਬਰ 4 ਨਸਲ ਚੈੱਕ ਕਰੋ। ਲੋ ਜੀ ਦੋਸਤੋ, ਪੂਰੇ ਨਜ਼ਾਰੇ ਕਰੋ ਜੀ। ਵੱਛੀ ਨੰਬਰ 5 ਲੱਖ ਰੁਪਇਆ ਸਾਰੇ ਹੀ ਮੰਗ ਛੱਡ ਦੇ, ਕੋਈ 5 ਲੱਖ ਵਾਲਾ ਮਾਲ ਵੀ ਤਾਂ ਪਾਇਆ ਕਰਾਂਗਾ। ਇਹ ਕਿੰਨਾ ਰਿਕਾਰਡ ਹੈ ਦਾ, ਪਹਿਲੇ ਸੂਏ ਦਾ? ਪਿਛਲੇ ਸੂਏ ਦਾ 25-26 ਲੀਟਰ ਦਾ ਵੈੜੀ ਦਾ ਰਿਕਾਰਡ ਹੈ। ਠੀਕ ਹੈ, ਹੁਣ ਕਿੰਨਾ ਦੇ ਰਹੀ ਹੈ ਦੁੱਧ ਭਾਈ ਫਰਾਜ਼? ਹੁਣ ਇਹਦੇ ਥੱਲੇ 18 ਲੀਟਰ, 16-18 ਲੀਟਰ ਬੋਲਾ ਜਿਹੜਾ ਨਾ ਇਸ ਟਾਈਮ ਪੱਕਾ ਹੈ ਗਰੰਟੀ ਨਾਲ। 2 ਕਿਲੋ ਦਾ ਫਰਕ ਮੈਂ ਤਾਂ ਦੱਸਣ ਦਿਆ ਵਾ ਕਿ ਕਿਸੇ ਦੇ ਘਰ ਜਾ ਕੇ ਕੋਈ 2 ਸਿਰ ਮੇਰੇ ਦੱਸੇ ਤੋਂ ਵਧੇ ਘਟੇ ਨਾ, ਜੇ ਵਧੇ ਤਾਂ ਫੇਰ ਮਜ਼ਾ। ਠੀਕ ਹੈ, ਕਹਿੰਦੇ ਰਹਿਣਗੇ ਬਜ਼ੁਰਗ ਮੇਰੇ ਆਸਮ ਗੱਲਾਂ ਹੀ ਕਰਦਾ ਨੀ ਰਹੀਆਂ। ਜੀ ਜੀ, ਤੇ ਇਹਦੀ ਨਸਲ ਕਿਹੜੀ ਜੇ? ਇਹ ਫ੍ਰੀਜ਼ੀਅਨ ਤੇ ਆਸਟ੍ਰੇਲੀਅਨ ਵੱਛੀ ਹੈ। ਠੀਕ ਹੈ, ਪਿੱਛੇ ਜਿਹੜੀ ਵੱਛੀ ਹੈ ਪਿਓਰ ਬ੍ਰਾਹਮਣ ਤੇ ਆਸਟ੍ਰੇਲੀਅਨ ਦਾ ਕ੍ਰਾਸ ਹੈ। ਇਹ ਜਿਹੜੀ ਪਿੱਛੇ ਦੇ ਵੱਛੀ ਹੈ ਬ੍ਰਾਹਮਣ ਤੇ ਆਸਟ੍ਰੇਲੀਅਨ ਦਾ ਕ੍ਰਾਸ ਹੈ। ਲਓ ਜੀ ਦੋਸਤੋ, ਚੈੱਕ ਕਰੋ ਬ੍ਰਾਹਮਣ ਦੇ, ਅੱਜ ਮੈਂ ਨਸਲ ਵੀ ਦੱਸਣਾ। ਇਹ ਨੋਕ ਵਾਲੇ ਕੰਨ ਹੁੰਦੇ ਨੇ ਜੀ, ਇਹ ਸਾਹੀਵਾਲ ਦੇ ਵਿੱਚ ਜਿਹੜੀ ਹੈ ਨਾ ਜ਼ਿਆਦਾ ਤਿਰਛੀ ਨੋਕ ਹੁੰਦੀ ਹੈ। ਠੀਕ ਹੈ, ਇਹਦੀ ਵੀ ਨੋਕ ਵਾਲੇ ਕੰਨ ਨੇ ਤੇ ਕਲਰ ਵੇਖੋ, ਵੱਛੀ ਚੈੱਕ ਕਰਾਂ। ਮਾਸ਼ਾਅੱਲਾ ਜੀ, ਸੋਹਣਾ ਕਲਰ ਜੀ, ਸੋਹਣਾ ਕਲਰ ਹੈ। ਹਾਂਜੀ ਮਾਸ਼ਾਅੱਲਾ, ਦੂਸਰਾ ਸੂਆ ਸੂਈ ਹੈ ਨਾ? ਦੂਸਰਾ ਸੂਆ ਵੈੜੀ ਸੂਈ ਜੀ। ਠੀਕ ਹੈ, ਲਓ ਜੀ ਦੋਸਤੋ, ਪੂਰੀ ਤਸੱਲੀ ਦੱਸੀ ਜਾਂਦੀ ਹੈ। ਵੱਛੀ ਇਹ ਵੀ ਮੂੰਹਾਂ ਚੌਗੀ ਛਿਗੀ ਹੋਈ ਹੈ। ਵੱਛੀ ਇਹ ਵੀ ਦੱਸਣ ਨੂੰ ਪਹਿਲਾਂ ਦੱਸੀ ਜਾਂਦੀ ਹੈ, ਮਨਾਈ ਵੀ ਜਾਂਦੀ ਹੈ। ਜੀ ਜੀ, ਪਰ ਜਿਹੜੀ ਗੱਲ ਹੈ ਉਹ ਹੀ ਦੱਸਣੀ ਹੈ, ਸਾਡੇ ਵਿੱਚ ਝੂਠ ਨਹੀਂ ਹੈ। ਜ਼ਿੰਦਾਬਾਦ ਡੋਗਰ ਸਾਹਿਬ, ਸਾਹਮਣੇ ਆ ਕੇ ਦਾ ਰੇਟ ਲਾਓ ਜੀ। ਪਿਆਰ ਮੋ ਬਦਲਾ, ਵੱਛੀ ਨੰਬਰ 4 ਦਾ ਭਰਾ ਨੂੰ ਪਸੰਦ ਹੋਏ, 2,65,000 ਰੁਪਏ ਦੀ ਵੈੜੀ ਦੇ, 2,65,000 ਵੱਛੀ ਨੰਬਰ 4। ਲੋ ਜੀ ਦੋਸਤੋ, ਨਜ਼ਾਰੇ ਕਰੋ ਜੀ ਇੱਕ ਦਫਾ ਫਿਰ ਜੀ। ਭਾਈ ਲੈ ਕੇ ਆਓ ਜੀ ਵੱਛੀ ਨੰਬਰ 5 ਲੈ ਕੇ ਆਓ ਜੀ। ਲੋ ਜੀ ਦੋਸਤੋ, ਚੈੱਕ ਕਰੋ ਜੀ, ਵੱਛੀ ਵੱਛੀ ਦੀ ਨਸਲ ਤੱਕੋ। ਲੋ ਜੀ ਆਪੀ ਦੇ ਥੋੜੀ ਜਿਹੀ ਵੇਖਵਾ ਤੁਹਾਨੂੰ ਲਿਬਾਸ ਵੈੜੀ ਨੇ ਬਣਾਇਆ। ਲੋ ਜੀ ਦੋਸਤੋ, ਚੈੱਕ ਕਰਾਓ। ਲੋ ਜੀ ਦੋਸਤੋ, ਪੂਰਾ ਲਿਬਾਸ ਚੈੱਕ ਕਰੋ ਜੀ, ਚੈੱਕ ਕਰੋ ਮਾਸ਼ਾਅੱਲਾ, ਚੈੱਕ ਕਰੋ ਦੋਸਤੋ, ਪੂਰੇ ਨਜ਼ਾਰੇ ਕਰੋ ਜੀ। ਜੀ ਭਾਈ ਲੈ ਕੇ ਆਓ ਜੀ, ਲਿਬਾਸ ਵਾਲਾ ਚੈੱਕ ਕਰਾਓ। ਵੱਛੀ ਦੀ ਪਸ਼ਮ ਚੈੱਕ ਕਰਾਓ, ਕਿੱਡੀ ਬਰੀਕ ਪਸ਼ਮ ਹੈ ਵੱਛੀ ਦੇ ਵਜੂਦ। ਵੱਛੀ ਦਾ ਚੈੱਕ ਕਰਾਓ ਹਾਂ ਜੀ, ਮਾਸ਼ਾਅੱਲਾ ਜੀ। ਇਹ ਪਹਿਲਾ ਸੂਆ ਸੋਹਣਾ ਸੋਹਣੀ, ਬਰੀਕ ਨਹੀਂ, ਬਰੀਕੀਆਂ ਹੁੰਦੀਆਂ ਨੇ। ਹਾਂਜੀ, ਪਹਿਲਾ ਸੂਆ ਸੋਹਣਾ ਸੂਆ ਛਿੱਗੀ ਜੇ ਵੈੜੀ ਆ, ਪੱਕੀ ਪਈ ਲੈਣੇ ਗਰੰਟੀ। ਠੀਕ ਹੈ ਮਾਸ਼ਾਅੱਲਾ ਜੀ। ਲੋ ਜੀ ਦੋਸਤੋ, ਲਿਬਾਸ ਦਾ ਪੂਰਾ ਚੈੱਕ ਕਰੋ ਮਾਸ਼ਾਅੱਲਾ। ਵੱਛੀ ਨੇ ਥੱਲੇ ਸੋਹਣਾ ਲਿਬਾਸ ਛੱਡਿਆ, ਮਾਸ਼ਾਅੱਲਾ ਜੀ, ਸੋਹਣਾ ਨੇ ਲਿਬਾਸ ਕੀਤਾ। ਕਿੰਨੇ ਦਿਨ ਲੈ ਰਹੀ ਡੋਗਰ ਸਾਹਿਬ? ਹੈ ਭਾਈ ਫਰਾਜ਼, ਤਿਆਰ ਹੀ 1 ਦਿਨ ਲੈ, 2 ਦਿਨ ਲੈ, ਵੈੜੀ ਤਿਆਰ ਹੀ ਹੈ। ਠੀਕ ਹੈ ਜੀ। ਹਾਂਜੀ, ਤੇ ਨਸਲ ਦੀ ਕਿਹੜੀ ਹੈ? ਇਹ ਪਿਓਰ ਫ੍ਰੀਜ਼ੀਅਨ ਹੈ। ਪਿਓਰ ਫ੍ਰੀਜ਼ੀਅਨ, ਪਿਓਰ ਫ੍ਰੀਜ਼ੀਅਨ। ਠੀਕ ਹੈ, ਤੇ ਰੇਟ ਦਾ ਕੀ ਹੈ? ਵੱਛੀ ਨੰਬਰ 5 ਦਾ ਜੇ ਕਿਸੇ ਭਰਾ ਨੂੰ ਵੈੜੀ ਪਸੰਦ ਹੋਏ ਜੀ, 2,45,000 ਰੁਪਏ ਦੀ ਵੈੜੀ ਦਿਆਂ। 2,00,000 ਤੇ 45,000 ਮੁੱਲ ਕਰਨ ਨੂੰ ਇਹ ਅਸੀਂ 3 ਵੀ ਕਰ ਸਕਦੇ ਹਾਂ, 3.5 ਵੀ ਕਰ ਸਕਦੇ ਹਾਂ, ਸਾਡਾ ਮੂੰਹ ਹੈ ਤੇ ਸਾਡੇ ਜਾਨਵਰ ਨੇ। ਜੀ ਜੀ, ਮੰਗ ਸਕਦੇ ਹਾਂ, ਪਰ ਉਹ ਫਜ਼ੂਲ ਮੰਗਣਾ ਛੱਡੋ, ਪਠਾਣਾਂ ਦੇ ਡਬਲ ਮੰਗ ਛੱਡੋ, ਤੇ ਬਾਦੋ ਅੱਧ ਤੋਂ ਵੀ ਥੱਲੇ ਚੀਜ਼ ਦੇ ਲਓ। ਜੀ ਜੀ, ਪੱਕੀਆਂ ਪੱਕੀਆਂ ਗੱਲਾਂ ਜਾਂ ਕਰ ਗੱਲਾਂ
ਗੱਲਾਂ ਕਰੀ ਦੀਆਂ ਤੇ ਸੋਹਣਾ ਹੈ ਮਾਲ ਜਿਹੜਾ ਜੀ ਜੀ ਮਾਸ਼ਾਅੱਲਾ ਜੀ ਸੋਹਣੇ ਜਾਨਵਰ ਨੇ ਲਓ ਜੀ ਦੋਸਤੋ ਚੈੱਕ ਕਰੋ ਜੀ ਵੱਛੀ ਨੰਬਰ 6 ਇੱਕ ਦੋਸਤ ਨੇ ਅਗਲੇ ਦਿਨ ਇੰਜ ਦੀ ਨਸਲ ਵੱਛੀ ਪਾਈ ਸੀ ਵੀਡੀਓ ਦੇ ਵਿੱਚ ਤੇ ਉਹਨੇ ਨਸਲ ਦੱਸੀ ਸਬੀਡਾ ਅੱਛਾ ਸਬੀਡਾ ਨਸਲ ਦੀ ਗਾਂ ਕੋਈ ਕਿਤੇ ਵੀ ਕਿਸੇ ਮੁਲਕ ਦੇ ਵਿੱਚ ਵੀ ਸਬੀਡਾ ਨਸਲ ਪੈਦਾ ਹੋਈ ਹੋਏ ਅੱਛਾ ਸਬੀਡਾ ਨਸਲ ਦਾ ਜਾਨਵਰ ਹੋਏ ਮੈਂ ਉਹਨੂੰ ਨਾਮ ਦਿਆਂਗਾ ਜੋ ਨਾਮ ਮੰਗੇਗਾ ਠੀਕ ਹੈ ਕਿਹੜੀ ਨਸਲ ਹੈ ਜੀ ਨਸਲਾਂ ਦਾ ਸਹੀ ਦੱਸਣ ਤੁਸੀਂ ਵੀ ਇੱਕ ਬੰਦੇ ਦੀ ਅਗਲੇ ਦਿਨ ਵੀਡੀਓ ਬਣਾਈ ਤੇ ਉਹ ਫ੍ਰੀਜ਼ਨ ਫ੍ਰੀਜ਼ਨ ਕਹਿੰਦੇ ਤੇ ਤੁਸੀਂ ਫ੍ਰੀਜ਼ਨ ਨਸਲ ਦੇ ਹੋ ਉਹ ਫ੍ਰੀਜ਼ਰ ਕਹਿੰਦਾ ਸੀ ਆ ਫ੍ਰੀਜ਼ਰ ਨਸਲਾਂ ਨੂੰ ਸਿਖਾ ਲਿਆ ਕਰੋ ਅੱਛਾ ਇਹ ਭਾਈ ਫਰਾਜ਼ ਪਹਿਲੇ ਸੂਏ ਵੱਛੀ ਹੈ ਅੱਛਾ ਮੂੰਹਾਂ ਛਿੱਗੀ ਹੈ ਕੰਨੀਆਂ ਦੀਆਂ ਬੱਚੀਆਂ ਨਾਲ ਖਲੋਤੀਆਂ ਨੇ ਠੀਕ ਹੈ ਇਹ ਵੱਛੀ ਕਿਸੇ ਭਰਾ ਨੂੰ ਪਸੰਦ ਹੋਏ ਜੀ ਉਹਨੂੰ ਇਹ ਤੋਹਫਾ ਹੀ ਦੇਣੀ ਹੈ ਅੱਛਾ ਵੱਛੀ ਦਾ ਬੋਲਾ ਵੀ ਜਿਹੜਾ ਨਾ ਵੱਛੀ ਦਾ ਥੱਲੇ 16-17 ਲੀਟਰ ਹੈ ਠੀਕ ਹੈ ਜਿਹੜੀ ਨਸਲ ਜਿਹੜੇ ਜਾਨਵਰ ਦੀ ਦੱਸਾਂਗਾ ਜੀ ਔਰ ਗੂਗਲ ਦੇ ਉੱਤੇ ਸਰਚ ਮਾਰ ਕੇ ਵੀ ਬੰਦਾ ਚੈੱਕ ਕਰ ਸਕਦਾ ਮੇਰੀ ਦਸੀ ਨਸਲ ਚ ਫਰਕ ਹੈ ਉਹਦਾ ਮੈਂ ਦੇਣਦਾਰ ਹੋਵਾਂਗਾ ਜ਼ਿੰਦਾਬਾਦ ਜੀ ਜ਼ਿੰਦਾਬਾਦ ਰੈੱਡ ਫ੍ਰੀਜ਼ੀਅਨ ਅਮਰੀਕਨ ਕਿੰਨਵਾਂ ਸੂਆ ਸੂਈ ਹੈ ਇਹ ਵੱਛੀ ਸੂਈ ਹੈ ਪਹਿਲਾ ਸੂਆ ਪਿੱਛੇ ਜਾ ਕੀ ਸੂ ਪਿੱਛੇ ਵੱਛਾ ਜੇ ਇਹ ਜੇ ਹਾਂਜੀ ਲਓ ਜੀ ਦੋਸਤੋ ਵੱਛਾ ਕਰਾਸ ਹੈ ਵੱਛਾ ਕਰਾਸ ਹੈ ਜੀ ਠੀਕ ਹੈ ਜੀ ਇਹ ਜੀ ਵੱਛੀ ਨੰਬਰ ਸੀ 6 ਮਾਸ਼ਾਅੱਲਾ ਜੀ ਸੋਹਣੇ ਜਾਨਵਰ ਨੇ ਸਾਰੇ ਜੀ ਭਾਈ ਲੈ ਕੇ ਆਓ ਕੀਮਤ ਇਹਦੀ ਕਿਹਨ ਨੇ ਜੇ ਦੱਸਣੀ ਪੁੱਛਣੀ ਲਾਣੀ ਜੇ ਲਾਣੀ ਹੈ ਯਾਰ ਚਲੋ ਫਿਰ ਲਾਓ ਡੋਗਰ ਸਾਹਿਬ ਵੱਛੀ ਨੰਬਰ 6 ਦਾ ਰੇਟ ਲਾਓ ਜੀ ਭਾਈ ਫਰਾਜ਼ ਇਹ ਕਿਸੇ ਭਰਾ ਨੂੰ ਵੀ ਵੈੜੀ ਪਸੰਦ ਹੋਏ ਜੀ ਉਹਨੂੰ ਤੋਹਫਾ ਦੇਣੀ ਹੈ ਮੁੱਲ ਦੇ ਨਾਲ ਨਹੀਂ ਵੈੜੀ ਦੇਣੀ ਨਾ ਹੀ ਮੈਂ ਮੁੱਲ ਨਾਲ ਦੀ ਨਾ ਹੀ ਮੈਂ ਅੱਗੋਂ ਕਿਸੇ ਨੂੰ ਦੇਣੀ ਮੈਨੂੰ ਵੀ ਤੋਹਫਾ ਹੀ ਲੱਭਿਆ ਤੇ ਅੱਗੋਂ ਵੀ ਕਿਸੇ ਭਰਾ ਨੂੰ ਤੋਹਫਾ ਹੀ ਦੇਣਾ ਜੀ ਕਿਸੇ ਭਰਾ ਨੂੰ ਵੀ ਇਹ ਵੈੜੀ ਪਸੰਦ ਹੋਏ ਤੇ 2.5 ਲੱਖ ਰੁਪਏ ਦੀ ਵੈੜੀ ਦਿਆਂ 2.5 ਲੱਖ 2.5 ਲੱਖ ਰੁਪਏ ਦੀ ਵੈੜੀ ਦਿਆਂ ਲਓ ਜੀ ਦੋਸਤੋ ਚੈੱਕ ਕਰੋ ਜੀ ਗਾਂ ਨੰਬਰ 7 ਮਾਸ਼ਾਅੱਲਾ ਨਸਲਾਂ ਤੱਕ ਵੈੜੀਆਂ ਦੀਆਂ ਕਿੰਨੀਆਂ ਭਰੀਕ ਨੇ ਵੇਖੋ ਕਿੰਨੀ ਭਰੀਕ ਭਾਸ਼ਾ ਮੈਂ ਵੈੜੀ ਦੀ ਵੇਖੋ ਚਲੋ ਬੋਲਾਂ ਬਾਲੀ ਕੋਈ ਆਹ ਰੋਹਾਂ ਭਾਈ ਦੋਸਤਾਂ ਨੂੰ ਲੋ ਜੀ ਚੈੱਕ ਕਰੋ ਜੀ ਮੋਬਾਈਲ ਵਾਹ ਵਛੀ ਦੀ ਚਵਾਈ ਵਾਹ ਅੱਜ ਸਰਗੀ ਵਛੀ ਸੁਈ ਹੈ ਇਹਦੀ ਚਵਾਈ ਵੀ ਕੀਤੀ ਹੈ ਜ਼ਿੰਦਾਬਾਦ ਬੰਦੇ ਜ਼ਬਾਨੀ ਕਲਾਮੀ ਦੱਸਦੇ ਨੇ ਮੈਂ ਸਬੂਤ ਕੋਰ ਰੱਖੇ ਨੇ ਕਿੰਨੀ ਚਵਾਈ ਕੀਤੀ ਹੈ ਸਬੂਤ ਨਾਲ ਗੱਲ ਕਰਨਾ ਕਿੰਨੀ ਚਵਾਈ ਕੀਤੀ ਹੈ ਬੋਲਾ ਕੱਢਿਆ ਸਵੇਰ 10 ਲੀਟਰ ਮਾਸ਼ਾਅੱਲਾ ਜੀ ਸਵੇਰ ਬੋਲਾ ਇੱਕ ਹੀ ਬੋਲਾ ਕੱਢਿਆ ਤੇ 10 ਲੀਟਰ 3 ਵਜੇ ਸਰਗੀ ਵੈੜੀ ਸੁਈ ਹੈ ਸਾਰੀ ਚੋਈ ਹੈ ਮਾਸ਼ਾਅੱਲਾ ਲੋ ਜੀ ਦੋਸਤੋ ਚੈੱਕ ਕਰੋ ਜੀ ਗਾਂ ਨੰਬਰ 7 ਗਾਂ ਨੰਬਰ 7 ਮਾਸ਼ਾਅੱਲਾ ਜੀ ਸੋਹਣਾ ਲਿਬਾਸ ਹੈ ਤੇ ਪੁੱਤਰ ਨਸੀਬ ਦਾ ਲੋ ਜੀ ਦੋਸਤੋ ਚੈੱਕ ਕਰੋ ਵੇਖੋ ਵੈੜੀ ਮੇਰੀ 30 ਸੀਰੀ ਹੈ ਗਰੰਟੀ ਮੈਂ 10 ਕਿਲੋ ਦੀ ਵੀ ਨਹੀਂ ਕਦੀ ਤੁਹਾਨੂੰ ਪਤਾ ਗਰੰਟੀ ਨਹੀਂ ਦਿੱਤੀ ਆ ਜਿਹੜੀ ਇਹ ਵੇਖੋ ਵੈੜੀ ਦੀ ਚਵਾਈ ਹੋਈ ਹੈ ਕਿ ਨਹੀਂ ਲੋ ਜੀ ਦੋਸਤੋ ਮੈਂ ਖੁਦ ਚਵਾਈ ਕਰ ਰਿਹਾ ਕਿ ਨਹੀਂ ਜੋਰ ਨਹੀਂ ਵੈੜੀ ਨੇ ਸਰਗੀ ਪਾਈ ਜਦੋਂ ਇਹਦੀ ਚਵਾਈ ਕੀਤੀ ਹੈ ਠੀਕ ਹੈ ਜ਼ਿੰਦਾਬਾਦ ਆਓ ਜੀ ਡੋਗਰ ਸਾਹਿਬ ਸਾਹਮਣੇ ਆਓ ਜੀ ਨਾ ਨੀਮੂਆਂ ਨੂੰ ਚੋੜੀ ਵੀ ਹੈ ਕਿ ਨਹੀਂ ਬੰਦੇ ਇਹ ਨਾ ਕਹਿਣ ਕਿ ਆਸਮ ਗੱਲਾਂ ਹੀ ਕਰਨ ਦੇ ਆਸਮ ਨੇ ਅੱਧੀ ਵੈੜੀ ਚੋ ਕੇ ਤੇ ਵੀਡੀਓ ਬਣਾ ਲਈ ਹੋਣੀ ਹੈ ਪੂਰੀ ਨੀਮੂਆਂ ਨੂੰ ਚੋੜੀ ਸੀ ਵੱਛੀ ਥੱਲੋਂ ਜ਼ਿੰਦਾਬਾਦ ਆਸਮ ਪੂਰੇ ਪ੍ਰੂਫ ਨਾਲ ਕੰਮ ਕਰਦਾ ਸਰ ਜੀ ਇਹੀ ਕੰਮ ਪ੍ਰੂਫ ਨਾਲ ਹੀ ਕਰਨਾ ਹੈ ਵੇਖੋ ਵੈੜੀ ਵੈੜੀ ਦੀ ਨਸਲ ਚੈੱਕ ਕਰੋ ਵੈੜੀ ਨੂੰ ਟੋਰੋ ਜੀ ਭਾਈ ਟੋਰੋ ਜੀ ਭੁੱਖ ਨਹੀਂ ਲੱਗਿਆ ਕਰੇਗੀ 3 ਦਿਨ ਜ਼ਿੰਦਾਬਾਦ ਨਸਲ ਦੀ ਕਿਹੜੀ ਜੇ ਇਹ ਪਿਓਰ ਫ੍ਰੀਜ਼ੀਅਨ ਹੈ ਵੈੜੀ ਮੇਰੀ ਪਿਓਰ ਫ੍ਰੀਜ਼ੀਅਨ ਮਾਸ਼ਾਅੱਲਾ ਲਾਹੂ ਦੀ ਆਵਾਜ਼ ਆਏਗੀ ਵੈੜੀ ਦਾ ਸੱਲੇ ਕਿੰਨਵਾ ਸੁਆ ਸੁਈ ਜੇ ਇਹ ਦੂਸਰਾ ਸੁਆ ਵੈੜੀ ਸੁਈ ਹੈ ਦੂਸਰਾ ਸੁਆ ਮਾਸ਼ਾਅੱਲਾ ਜੀ ਦੋਸਤੋ ਚੈੱਕ ਕਰੋ 3-35 ਸਿਰੀ ਹੈ ਇਨਸ਼ਾਅੱਲਾ ਜੀ ਇਨਸ਼ਾਅੱਲਾ ਪੱਕੀ 3-35 ਸਿਰੀ ਹੈ ਪਿੱਛੇ ਜਾ ਕੀ ਸੁ ਪਿੱਛੇ ਵੱਛੀ ਵੱਛੀ ਚੈੱਕ ਕਰਾਓ ਲਓ ਜੀ ਦੋਸਤੋ ਚੈੱਕ ਕਰੋ ਜੀ ਵੱਛੀ ਕੀ ਵੱਛੀ ਦੇਤੀ ਹੈ ਫ੍ਰੀਜ਼ੀਅਨ ਵੱਛੀ ਵੈੜੀ ਨੇ ਦੇਤੀ ਹੈ ਮਾਸ਼ਾਅੱਲਾ ਜੀ ਕਿਸੇ ਭਰਾ ਨੇ ਵੱਛੀ ਦੇਣੀ ਹੋਏ ਵੱਛੀ 5000 ਰੁਪਏ ਦੀ ਮੈਨੂੰ ਦੇ ਹੜੇ ਮਾਂ ਤੇ ਧੀ ਦੀ ਨਸਲ ਸੇਮ ਹੀ ਹੈ ਪਿਓਰ ਫ੍ਰੀਜ਼ੀਅਨ ਲਓ ਜੀ ਕੁਦਰਤ ਦੇ ਨਜ਼ਾਰੇ
ਆਓ ਸਾਹਮਣੇ ਇਹਦਾ ਰੇਟ ਲਾਓ ਜੀ ਪਿਆਰ ਮੁਹੱਬਤ ਭਾਈ ਵਰਾਜ ਨੇ ਕਿਤੇ ਵੀ ਕਿਸੇ ਜੂਜ ਵੀ ਵੈੜੀ ਹੁੰਦੀ ਮੁੱਲ ਹੋਣਾ ਜੀ 5-6 ਲੱਖ ਰੁਪਈਆ ਜੀ ਪਰ ਤੁਹਾਨੂੰ ਪਤਾ ਬਹੁਤੇ ਮੁੱਲ ਮੰਗ ਕੇ ਥੱਲੇ ਕਮੈਂਟਸਾਂ 'ਚ ਗਾਲਾਂ ਹੀ ਪੈਂਦੀਆਂ ਜੀ ਜੀ ਅਸੀਂ ਦੋ ਨੰਬਰੀ ਧੋਖੇ ਫਰੇਬ ਵਾਲਾ ਕੰਮ ਹੀ ਨਹੀਂ ਕਦੀ ਕੀਤਾ ਕਮੈਂਟਸ ਦੇ ਵਿੱਚ ਕਿਸੇ ਵਪਾਰੀ ਦਾ ਵੀ ਰਿਕਾਰਡ ਵੇਖਣਾ ਹੋਏ ਤੇ ਉਹਦੇ ਕਮੈਂਟਸ ਵੇਖ ਲਓ ਜੀ ਜੀ ਇਹ ਹੈ ਕਿ ਨਹੀਂ ਹੈ ਹਾਂਜੀ ਗੱਲ ਸਰ ਇਹ ਵੈੜੀ ਦੇ ਥੱਲੇ ਜਿਹੜਾ ਦੁੱਧ ਦੱਸਿਆ ਉਹ ਵੀ ਪੱਕਾ ਵੈੜੀ ਵੀ ਗਰੰਟੀ ਆਪਦਾ ਰਿਕਾਰਡ ਵਾਲੀ ਵੈੜੀ ਹੈ ਪਿਛਲੇ ਰਿਕਾਰਡ ਹੋਲਡਰ ਹੈ 30 ਕਿਲੋ ਦੀ ਰਿਕਾਰਡ ਹੋਲਡਰ ਵੈੜੀ ਹੈ ਕਿਸੇ ਭਰਾ ਨੂੰ ਪਸੰਦ ਹੋਏ ਪੱਕੀ 3,10,000 ਰੁਪਏ ਦੀ ਦਿਆਂ 3 ਲੱਖ ਮੁੱਲ ਮੰਗਣ ਨੂੰ ਮੈਂ ਤਾਂ 4.5 ਵੀ ਮੰਗ ਸਕਦਾ 3.5 ਵੀ ਮੰਗ ਸਕਦਾ ਮੇਰੀ ਜ਼ਬਾਨ ਹੈ ਮੇਰਾ ਹੀ ਜਾਨਵਰ ਹੈ ਜੀ ਪਰ ਨਹੀਂ ਜਿਹੜੀ ਚੀਜ਼ ਮੰਗਣੇ ਨੇ ਜਿਹੜੇ ਪੈਸੇ ਲੈਣੇ ਵੀ ਉਹੀ ਹੁੰਦੇ ਨੇ ਜ਼ਿੰਦਾਬਾਦ ਜੀ ਡੋਗਰ ਸਾਹਿਬ ਬਹੁਤ ਸ਼ੁਕਰੀਆ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਹੈ ਕੋਈ ਗਲਤੀ ਕਟਾਈ ਹੋਏ ਤਾਂ ਮੈਂ ਉਹਦੀ ਬਜ਼ੁਰਗਾਂ ਕੋ ਮਾਫੀ ਮੰਗਦਾ ਜ਼ਿੰਦਾਬਾਦ ਜੀ ਅੱਲਾਹ ਹਾਫਿਜ਼